ਆਮ ਹੀ ਆ ਕਿ ਲੋਕ ਮੋਟੇ ਹੁੰਦੇ ਜਾਂਦੇ ਨੇ। 3 ਮਹੀਨਿਆਂ 'ਚ ਤੁਹਾਡਾ 50 ਪਾਉਂਡ ਵਜ਼ਨ ਘੱਟ ਜਾਊ। 16 ਘੰਟੇ ਨਹੀਂ ਖਾਣਾ ਅਤੇ 8 ਘੰਟੇ ਖਾਣਾ? 8 ਘੰਟੇ ਖਾਣਾ। ਅੱਜ ਤੁਹਾਨੂੰ ਉਸ ਤੋਂ ਥੋੜ੍ਹਾ ਜਿਹਾ ਸੌਖਾ ਫਾਰਮੂਲਾ ਦੱਸਣ ਲੱਗੇ ਹਾਂ, ਕੰਮ ਓਨਾ ਹੀ ਹੋਏਗਾ। ਇਹ 3 ਚੀਜ਼ਾਂ ਤੁਹਾਡੇ ਮੋਟਾਪੇ ਨੂੰ ਬਿਲਕੁਲ ਥੱਲੇ ਲੈ ਆਉਣਗੀਆਂ। ਵੇਟ ਲੋਸ ਕਰਨਾ ਨਾ, ਪਲੇਟ ਛੋਟੀ ਲੈਣੀ, ਜਦੋਂ ਤੱਕ ਭਰੇ ਨਾ ਬੰਦਾ ਉਦੋਂ ਤੱਕ ਛੱਡਦਾ ਹੀ ਨਹੀਂ। ਜਿਹੜੇ ਅਸੀਂ 5 ਪੁਆਇੰਟ ਗਿਣਾਏ, ਇਹ 5 ਪੁਆਇੰਟ ਤੁਸੀਂ ਅਗਰ ਕਰ ਲਓ ਤਾਂ 3 ਮਹੀਨਿਆਂ 'ਚ 50 ਪਾਉਂਡ ਵਜ਼ਨ ਤੁਹਾਡਾ ਘਟੇਗਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ, ਮੈਂ ਜੋਗਰਾਜ ਸਿੰਘ ਕਾਲੋਂ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਪ੍ਰੋਗਰਾਮ ਪ੍ਰਾਈਮ ਹੈਲਥ ਦੇ ਵਿੱਚ। ਸਾਡੇ ਨਾਲ ਨੇ ਡਾਕਟਰ ਮੁਰਤਜ਼ਾ, ਅਤੇ ਅੱਜ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਹਾਂ ਅਤੇ ਫਿਰ ਅੱਜ ਦਾ ਪ੍ਰੋਗਰਾਮ ਕਰਦੇ ਹਾਂ ਆਪਾਂ ਸ਼ੁਰੂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਥੈਂਕ ਯੂ, ਸ਼ੁਕਰੀਆ। ਕਿਵੇਂ ਸੇ ਤੋਂ? ਐਕਸਲ। ਗਰਮੀ ਹੋ ਗਈ ਤੁਹਾਡੇ ਨਾਲ? ਗਰਮੀ ਹੋ ਗਈ, ਕੋਟਲਾ ਤੇ ਸ਼ੁਰੂ ਹੋ ਗਈ। ਅੱਛਾ, ਆਉਣੀ ਸ਼ੁਰੂ ਹੋ ਗਈ ਗਰਮੀ? ਗਰਮੀ ਆਉਣੀਆਂ ਸ਼ੁਰੂ ਹੋ ਗਈਆਂ। ਹਾਂ, ਸਿਆਲਾਂ ਨੂੰ ਤੁਸੀਂ ਗਰਮੀਆਂ ਕਹਿੰਦੇ ਹੋ? ਸਾਡੇ ਉੱਥੇ ਗਰਮੀ ਆਉਣੀਆਂ ਸ਼ੁਰੂ ਹੋ ਗਈਆਂ। ਅੱਛਾ, ਮੈਂ ਆਸਟ੍ਰੇਲੀਆ ਦੀ ਗੱਲ ਕਰ ਰਿਹਾ। ਆਸਟ੍ਰੇਲੀਆ ਦੀ ਗੱਲ ਕਰ ਰਹੇ ਹੋ, ਫਿਰ ਠੀਕ ਹੈ, ਉਸ ਹਿਸਾਬ ਨਾਲ ਚੱਲਦੇ ਹੋ ਤੁਸੀਂ। ਆਏ ਤੁਸੀਂ ਪਾਕਿਸਤਾਨ ਤੇ ਰਹਿੰਦੇ ਤੁਸੀਂ ਕੈਨੇਡਾ, ਉਹ ਗੱਲ ਤੁਸੀਂ ਆਸਟ੍ਰੇਲੀਆ ਦੀ ਕਰ ਰਹੇ ਹੋ। ਇੰਟਰਨੈਸ਼ਨਲ ਬੰਦੇ, ਅੰਤਰਰਾਸ਼ਟਰੀ, ਇੰਟਰਨੈਸ਼ਨਲ। ਥੋੜੇ ਦਿਨਾਂ ਤੱਕ ਹਾਂਗਕਾਂਗ ਦੀ ਵੀ ਕਰੋਗੇ ਗੱਲ ਕਿ ਉੱਥੇ ਕੀ ਚੱਲ ਰਿਹਾ? ਨਹੀਂ, ਮੈਨੂੰ ਫੋਨ ਆਉਂਦਾ ਰਹਿੰਦਾ ਇਹਨਾਂ ਦਾ, ਫਿਰ ਪਤਾ ਲੱਗਦਾ ਰਹਿੰਦਾ ਕਿੱਥੇ ਕੀ ਹੋ ਰਿਹਾ, ਕੀ ਮੌਸਮ ਆ, ਹਰ ਜਗ੍ਹਾ ਤੋਂ ਆਉਂਦੇ ਫੋਨ। ਅੱਛਾ, ਫੋਨ ਤੇ ਵਧੀਆ ਗੱਲ ਵੇਖੋ ਆਉਣੇ ਚਾਹੀਦੇ ਨੇ। ਫੋਨਾਂ ਨੇ ਇੱਕ ਕੰਮ ਬੜਾ ਖਰਾਬ ਕਰਤਾ, ਕਹਿੰਦੇ ਲੋਕਾਂ ਨੂੰ ਨਾ ਫੋਨ ਹੁਣ ਕਸਰਤ ਨਹੀਂ ਕਰਨ ਦਿੰਦੇ। ਹਾਂ, ਤੇ ਉਹਦੇ ਕਰਕੇ ਲੋਕਾਂ ਦਾ ਭਾਰ ਬਹੁਤ ਵੱਧ ਰਿਹਾ। ਲੋਕਾਂ ਨੂੰ ਕੋਈ ਤੁਹਾਨੂੰ ਫੋਨ ਕਰਨਾ ਬੰਦ ਕਰਨ ਦੇ, ਕਸਰਤ ਕਰੇ। 2 ਦਿਨ ਹੁੰਦੇ, ਤੀਸਰੇ ਚੌਥੇ ਪੰਜਵੇਂ ਦਿਨ ਫਿਰ ਛੁੱਟੀ ਪੈ ਜਾਂਦੀ ਹੈ, ਕੋਈ ਨਾ ਕੋਈ ਐਸੇ ਕੰਮ ਕਾਰ, ਇੰਨਾ ਬਿਜ਼ੀ। 2 ਦਿਨ ਫਿਰ ਹੁੰਦੀ ਹੈ, ਫਿਰ ਤੀਸਰੇ ਦਿਨ। ਹਾਂ, ਜਾਇਆ ਨਹੀਂ ਜਾਂਦਾ ਉੱਥੇ ਜਿਮ। ਭਾਰ ਵਧਣਾ ਕਿੱਡੀ ਕੁ ਵੱਡੀ ਸਮੱਸਿਆ, ਅਤੇ ਅੱਜ ਕੱਲ੍ਹ ਮੈਂ ਨਾ ਇੱਕ ਅਮੈਰੀਕਨ ਡਾਟਾ ਵੀ ਦੇਖ ਰਿਹਾ ਸੀਗਾ ਵੀ ਹੁਣ ਲੋਕ ਕਿੰਨੇ ਜ਼ਿਆਦਾ ਓਵਰਵੇਟ ਨੇ। ਹਾਂ, ਉਹਦੇ ਵਿੱਚ ਖਾਣਾ ਵੱਡਾ ਇੱਕ ਚੇਂਜ, ਅਤੇ ਦੂਜਾ ਅਸੀਂ ਲੇਜ਼ੀਨੈਸ ਜਿਹੜੀ ਅੱਜ ਕੱਲ੍ਹ ਜ਼ਿਆਦਾ ਆਉਣੀ, ਉਹਦੇ ਕਰਕੇ ਪਹਿਲਾਂ ਲੋਕ ਸਲਿਮ ਟ੍ਰਿਮ ਫਿੱਟ ਫਾਟ ਹੁੰਦੇ ਸਨ, ਹੁਣ ਆਮ ਹੀ ਆ ਕਿ ਲੋਕ ਮੋਟੇ ਹੁੰਦੇ ਜਾਂਦੇ ਨੇ, ਮੋਟੇ ਹੁੰਦੇ ਜਾਂਦੇ ਨੇ। ਫਿਟਨੈਸ ਜਿਹੜੀ ਆ ਜਾਂ ਸ਼ੇਪ 'ਚ ਰਹਿਣਾ, ਉਹ ਲੋਕਾਂ ਨੂੰ ਕਿਤੇ ਨਾ ਕਿਤੇ ਬਾਹਰ ਹੋਈ ਜਾਣ ਡਿਆ, ਚਾਹੁੰਦੇ ਸਾਰੇ ਨੇ। ਹਰ ਇੱਕ ਨੂੰ ਦੇਖੋ ਪਤਾ ਹੁੰਦਾ ਮੈਂ ਮੋਟਾ ਹੋ ਰਿਹਾ, ਪਰ ਉਹਦੇ ਲਈ ਐਫਰਟ ਨਹੀਂ ਅਸੀਂ ਕਈ ਵਾਰੀ ਕਰਨਾ ਚਾਹੁੰਦੇ ਨਾ। ਆਪਾਂ ਚੋਗਰਾ ਜੀ, ਇੱਕ ਪਿਛਲੇ ਉਹ ਮੋਟਾਪੇ 'ਤੇ ਆਪਾਂ ਇੱਕ ਪ੍ਰੋਗਰਾਮ ਕੀਤਾ ਸੀ ਵੇਟ ਲੋਸ 'ਤੇ, ਉਹਦੇ 'ਚ ਆਪਾਂ 20 ਤੋਂ 25 ਕਿਲੋ ਵਜ਼ਨ ਘਟਾਉਣ ਦਾ ਤਰੀਕਾ ਦੱਸਿਆ ਸੀਗਾ। ਇੱਕ ਬੜਾ ਸੌਖਾ ਤਰੀਕਾ ਸੀਗਾ ਕਿ ਤੁਸੀਂ ਵਾਟਰ ਫਾਸਟਿੰਗ ਕਰ ਲਓ 20 ਡੇਜ਼ ਦੀ, ਲੇਕਿਨ ਉਹ ਬਹੁਤ ਸਾਰੇ ਲੋਕਾਂ ਕੋਲ ਹੋਇਆ ਨਹੀਂ, ਬਹੁਤ ਸਾਰੇ ਲੋਕਾਂ ਕੋਲ। ਇਕੱਲਾ ਪਾਣੀ 'ਤੇ ਜਾਣਾ ਔਖਾ ਹੁੰਦਾ ਨਾ, ਬਹੁਤ ਔਖਾ ਹੁੰਦਾ, ਲੇਕਿਨ ਉਹ ਸੌਖਾ ਵੀ ਬਹੁਤ। ਅਗਰ ਉਹ ਕਰਨਾ ਸ਼ੁਰੂ ਕਰਦੇ ਹੋ ਨਾ, 3 ਦਿਨ ਬਾਅਦ ਤੁਹਾਨੂੰ ਭੁੱਖ ਨਹੀਂ ਲੱਗਦੀ, ਤੁਹਾਨੂੰ ਆਦਤ ਪੈ ਜਾਂਦੀ, ਅਤੇ ਰੋਜ਼ ਦਾ ਜਦੋਂ 1.5 ਕਿਲੋ ਵਜ਼ਨ ਤੁਸੀਂ ਸ਼ਾਮ ਨੂੰ ਵੇਖਦੇ ਹੋ ਕਿ ਘੱਟ ਗਿਆ, ਤੁਹਾਨੂੰ ਸਕੂਨ ਬੜਾ ਆਉਂਦਾ, ਫਿਰ ਤੁਹਾਨੂੰ ਹੋਰ ਜਜ਼ਬਾ ਪੈਦਾ ਹੁੰਦਾ, ਜੋਸ਼ ਪੈਦਾ ਹੁੰਦਾ ਤੁਹਾਡੇ ਅੰਦਰ। ਤੁਸੀਂ ਕਹਿੰਦੇ ਹੋ ਕਿ ਮੈਂ ਇਹਨੂੰ ਅਗਲੇ ਦਿਨ ਜ਼ਿਆਦਾ ਨਵੇਂ ਜੋਸ਼ ਨਾਲ ਕਰਾਂ। ਤੁਸੀਂ ਫਿਰ ਜਦੋਂ 20 ਦਿਨ ਹੁੰਦੇ, ਤੁਸੀਂ ਕਹਿੰਦੇ ਮੈਂ 25 'ਤੇ ਲੈ ਜਾਂ, ਲੇਕਿਨ 20 ਦਿਨ ਹੀ ਕਰਨਾ, 6 ਮਹੀਨੇ ਬਾਅਦ ਕਰ ਲਓ, ਸਾਲ ਬਾਅਦ ਕਰ ਲਓ, 20 ਦਿਨ ਵਾਟਰ ਫਾਸਟਿੰਗ ਕਰ ਲਓ, ਐਕਸਲੈਂਟ।
ਨਾਲ ਇਹਦੇ 'ਚ ਤੁਸੀਂ ਰਿਲੀਜਨ ਪਾ ਲਓ, ਤੁਸੀਂ ਕਹੋ ਰੱਬਾ ਮੈਂ ਤੇਰੇ ਲਈ ਕਰ ਰਿਹਾ, ਕਰ ਤਾਂ ਤੁਸੀਂ ਆਪਣੇ ਲਈ ਰਹੇ ਹੋ, ਤੁਸੀਂ ਕਹੋ ਮੈਂ ਰੋਜ਼ੇ ਰੱਖ ਰਿਹਾ, ਸਮਰਪਿਤ ਰੱਬ ਨੂੰ ਕਰ ਦਿਓ, ਹਾਂ ਰੱਬ ਨੂੰ ਪਾ ਦਿਓ ਅਤੇ ਉਹ ਖੁਸ਼ ਹੋ ਜੂ, ਚੱਲ ਇਸੇ ਗੱਲ 'ਚ ਉਹ ਤੁਹਾਨੂੰ ਹੋਰ ਵੀ ਕੁਛ ਦੇ ਦਿਓ, ਐਡਾ ਲੋਲਾ ਨਾ ਖੁਸ਼ ਹੋ ਜੂਗਾ, ਰੱਬ ਇੰਨਾ ਸੌਖਾ ਖੁਸ਼ ਹੋ ਜਾਂਦਾ ਨਾ ਜੋਗਰਾਜ, ਸੋਚ ਨਹੀਂ ਸਕਦੇ ਹੋ, ਪਰ ਇਸੇ ਗੱਲ ਦਾ ਤਾਂ ਲੋਕ ਫਾਇਦਾ ਚੁੱਕੇ ਹੁੰਦੇ, ਲੋਕ ਤਾਂ ਹੁਣ ਸਿੱਧਾ ਰਿਸ਼ਵਤਾਂ ਨੂੰ ਹੋ ਜਾਂਦੇ ਨੇ ਨਾ, ਤੂੰ ਮੇਰੇ ਲਈ ਇੰਝ ਕਰ ਮੈਂ ਤੇਰੇ ਲਈ ਇੰਝ ਕਰੂੰ, ਲੋਕ ਹਿਸਾਬ ਕਰਨ ਲੱਗ ਜਾਂਦੇ ਨੇ, ਤਾਂ ਉਹ ਕਹਿੰਦਾ ਹਿਸਾਬ ਹੀ ਕਰੋ, ਚਲੋ ਆ ਜਾਓ, ਆਓ ਤਾਂ ਸਹੀ ਨਾ ਮੇਰੇ ਵੱਲ, ਕਿਸੇ ਬਹਾਨੇ ਹੀ ਆਓ, ਉਹ ਕਹਿੰਦਾ ਆਪਦੀ ਕੋਈ ਪ੍ਰੋਬਲਮ ਲੈ ਕੇ ਆਓ ਮੇਰੇ ਕੋਲ, ਲੇਕਿਨ ਆਓ ਤਾਂ ਸਹੀ ਨਾ, ਕੋਈ ਉਹ ਤਾਂ ਬਹਾਨੇ ਲੱਭਦਾ, ਇਸੇ ਗੱਲ ਨੇ ਕੰਮ ਬਹੁਤ ਖਰਾਬ ਕੀਤਾ ਅੱਗੇ, ਤਦ ਵੀ ਆ ਜਾਓ, ਉਹ ਇਹਨਾਂ ਚੀਜ਼ਾਂ ਨੂੰ ਮਾਇੰਡ ਨਹੀਂ ਕਰਦਾ, ਉਹ ਰੱਬ ਆ, ਉਹ ਇਹਨਾਂ ਚੀਜ਼ਾਂ ਤੋਂ ਕਿਤੇ ਉੱਤੇ ਆ, ਉਹ ਕਹਿੰਦਾ ਹੈ ਕਿ ਕੋਈ ਬਹਾਨਾ ਬਣਾਓ ਮੇਰੇ ਕੋਲ ਆਓ ਸਹੀ, ਤੁਸੀਂ ਆਪਦੀ ਗਰਜ਼ ਨਾਲ ਹੀ ਆ ਜਾਓ, ਆਪਦੀ ਸਮੱਸਿਆ ਆਪਦੀ ਪ੍ਰੋਬਲਮ ਲੈ ਕੇ ਮੇਰੇ ਕੋਲ ਆ ਜਾਓ, ਆਓ ਸਹੀ, ਉਹ ਕਈ ਵਾਰੀ ਤਾਂ ਪ੍ਰੋਬਲਮ ਦਿੰਦਾ ਹੈ ਕਿ ਇਹ ਕਵੇ ਹਾਏ ਅੱਲਾ, ਹਾਏ ਮੇਰੇ ਦਰਦ ਹੋ ਰਹੀ, ਹਾਏ ਰੱਬਾ, ਹਾਏ ਮੈਨੂੰ ਬਚਾ, ਆਪ ਮੋੜਦਾ, ਉਹ ਆਪ ਕਈ ਵਾਰੀ ਤਾਂ ਲਿਆਉਂਦਾ, ਅਤੇ ਉਹ ਤਾਂ ਮਾਇੰਡ ਨਹੀਂ ਕਰਦਾ ਇਹਨਾਂ ਗੱਲਾਂ ਨੂੰ, ਉਹ ਤਾਂ ਖੁਸ਼ ਹੁੰਦਾ, ਤੁਸੀਂ ਕਿਸੇ ਬਹਾਨੇ ਉਹਦੇ ਵੱਲ ਜਾਓ ਤਾਂ ਸਹੀ, ਉਹਨੂੰ ਲੱਭੋ ਤਾਂ ਸਹੀ, ਕਿਸੇ ਮਤਲਬ ਆਪਣਾ ਭਾਰ ਘਟਾਉਣ ਦੇ ਬਹਾਨੇ ਉਹਨੂੰ ਸਮਰਪਿਤ ਕਰ ਦਿਓ ਵੀ ਲਓ ਜੀ, ਲਓ ਜੀ ਤੁਹਾਡੇ ਲਈ ਕਰਨ ਲੱਗੇ, ਲੇਕਿਨ ਤੁਸੀਂ ਸਾਰਾ ਦਿਨ ਪਾਣੀ ਪੀਣਾ, ਉਹ ਰੋਜ਼ਾ ਤਾਂ ਨਾ ਹੋਇਆ, ਰੋਜ਼ਾ ਇਹ ਹੁੰਦਾ ਕਿ ਸੁਬਹਾ ਜਿਵੇਂ ਅਸੀਂ ਰੋਜ਼ੇ ਰੱਖਦੇ ਹਾਂ ਕਿ ਸੁਬਹਾ 4 ਵਜੇ 3 ਵਜੇ ਜਿਹੜਾ ਵੀ ਟਾਈਮ ਹੈ ਸੂਰਜ ਦੀ ਪਹਿਲੀ ਕਿਰਨ ਤੋਂ ਪਹਿਲਾਂ ਦਾ, ਉਹ ਜਿਹੜੀ ਵਾਈਟ ਲਾਈਨ ਆਉਂਦੀ ਹੈ ਨਾ ਉਹਦੇ 'ਤੇ, ਉਹਦੇ ਤੋਂ ਪਹਿਲਾਂ ਖਾਣਾ ਪੀਣਾ ਛੱਡ ਦੇਣਾ, ਅਤੇ ਸ਼ਾਮ ਨੂੰ ਜਦੋਂ ਸੂਰਜ ਡੁੱਬ ਜਾਣਾ ਅਤੇ ਉਹ ਵਾਈਟ ਲਾਈਨ ਮੁੱਕ ਜਾਣੀ, ਉਦੋਂ ਖਾਣਾ ਕਰਨਾ, ਯਾਨੀ ਮਗਰਬ ਵੇਲੇ ਉਦੋਂ ਸ਼ੁਰੂ ਹੋਣਾ, ਅਤੇ ਇਸੇ ਤਰ੍ਹਾਂ ਹੀ ਇਹਨੂੰ ਤੁਸੀਂ ਲਿਆਓ ਵੇਟ ਲੋਸ, ਇਹਨੂੰ 16:8 ਫਾਰਮੂਲਾ ਕਰ ਲਓ, 16:8 ਫਾਰਮੂਲਾ ਸੁਣਿਆ ਕਰ, 16 ਘੰਟੇ ਨਹੀਂ ਖਾਣਾ ਅਤੇ 8 ਘੰਟੇ ਖਾਣਾ, 8 ਘੰਟੇ ਖਾਣਾ, ਅੱਜ ਤੁਹਾਨੂੰ ਉਸ ਤੋਂ ਥੋੜ੍ਹਾ ਜਿਹਾ ਸੌਖਾ ਫਾਰਮੂਲਾ ਦੱਸਣ ਲੱਗੇ ਆ, ਕੰਮ ਓਨਾ ਹੀ ਹੋਏਗਾ, ਇੰਟਰਮੀਡੀਏਟ ਫਾਸਟਿੰਗ ਨੂੰ ਬੋਲ ਦਿੰਦੇ ਨਾ, ਨਹੀਂ ਮੈਂ 5 ਚੀਜ਼ਾਂ ਦੱਸਾਂਗਾ ਅੱਜ ਤੁਹਾਨੂੰ, ਟੋਟਲ 5, ਉਹ ਜਿਹੜੀਆਂ 8 ਘੰਟੇ 'ਚ ਕਰਨੀਆਂ, ਨਹੀਂ ਟੋਟਲ ਤੁਸੀਂ ਆਪਣੇ 3 ਮਹੀਨਿਆਂ 'ਚ ਤੁਹਾਡਾ 50 ਪਾਉਂਡ ਵਜ਼ਨ ਘੱਟ ਜਾਏਗਾ, ਅੱਛਾ, ਤੁਹਾਨੂੰ 5 ਚੀਜ਼ਾਂ ਦੱਸਾਂ, 90 ਦਿਨ ਅਤੇ ਪਾਉਂਡ 50 ਪਾਉਂਡ, ਉਹਦੇ 'ਚ ਸੀਗਾ 20 ਦਿਨ ਅਤੇ 50 ਪਾਉਂਡ, ਹਾਂ ਇਹਦੇ 'ਚ 90 ਦਿਨ ਅਤੇ 50 ਪਾਉਂਡ, ਇਹ ਦੂਸਰੇ ਤਰੀਕੇ ਦਾ ਵੇਟ ਲੋਸ, ਦੂਸਰਾ ਫਾਰਮੂਲਾ, ਡਿਫਰੈਂਟ 5 ਚੀਜ਼ਾਂ ਇਹਦੇ 'ਚ ਤੁਸੀਂ ਕਰਨੀਆਂ, ਪਹਿਲੀ ਮੈਂ ਤੁਹਾਨੂੰ ਕਿਹੜੀ ਦੱਸੀ, 16:8 16:8 ਓਕੇ, 24 ਘੰਟੇ ਹੁੰਦੇ ਆ ਪੂਰੇ ਦਿਨ 'ਚ, 24 ਘੰਟਿਆਂ 'ਚ ਤੁਸੀਂ 8 ਘੰਟੇ ਖਾਈ ਜਾਣਾ, 8 ਘੰਟੇ ਖਾਈ ਜਾਣਾ ਛੋਟੇ ਛੋਟੇ ਮੀਲ, ਓਕੇ, ਯਾਨੀ ਤੁਸੀਂ 8 ਘੰਟੇ ਕਿਹੜੇ ਰੱਖੋਗੇ, ਲੈਟ ਸਪੋਜ਼ ਤੁਸੀਂ 11 ਤੋਂ 7 ਰੱਖ ਲਿਆ, 8 ਹੀ ਬਣਦੇ ਨਾ, ਕੋਈ ਵੀ ਰੱਖ ਲਓ, 11 ਤੋਂ 6 ਰੱਖ ਲਿਆ, ਚਲੋ 10 ਤੋਂ 6 ਜ਼ਰਾ ਸੌਖਾ ਹੁੰਦਾ, 10 ਵਜੇ ਤੁਸੀਂ ਬ੍ਰੇਕਫਾਸਟ ਕੀਤਾ, ਛੋਟਾ ਜਿਹਾ ਮੀਲ ਖਾਧਾ ਇੱਕ, 12:30 ਵਜੇ ਤੁਹਾਨੂੰ ਫਿਰ ਭੁੱਖ ਲੱਗ ਗਈ, ਥੋੜ੍ਹਾ ਜਿਹਾ ਛੋਟਾ ਜਿਹਾ ਮੀਲ ਹੋਰ ਖਾਧਾ, ਸ਼ਾਮ ਨੂੰ 6 ਵਜੇ ਤੁਸੀਂ ਆਪਣਾ ਡਿਨਰ ਕਰ ਲਿਆ, ਇਸ ਤੋਂ ਬਾਅਦ ਕੋਈ ਬੰਦਾ ਤੁਹਾਨੂੰ ਸੋਨੇ ਦੀ ਵੀ ਚੀਜ਼ ਦੇ, ਤੁਹਾਨੂੰ ਮੁਰਗ ਮੁਸੱਲਮ, ਤੁਹਾਨੂੰ ਰੋਸਟ ਵੀ ਦੇ, ਤੁਹਾਨੂੰ ਫਿਸ਼ ਲਿਆ ਕੇ ਦੇ, ਤੁਹਾਨੂੰ ਕਿਤੋਂ ਦੇ ਵੀ ਫੂਡ ਲਿਆ, ਉਹਨੂੰ ਨਾ ਨਾ ਕਰੋ, ਉਹਨੂੰ ਅਗਲੇ ਦਿਨ ਵਾਸਤੇ ਰੱਖ ਲਓ, ਨਹੀਂ ਉਹ ਤਾਂ ਤਾਜ਼ਾ ਨਹੀਂ ਨਾ ਤੇ ਰਹੇ, ਅੱਛਾ ਤਾਜ਼ਾ ਖਾਣੀ, ਸਵੇਰੇ 10 ਵਜੇ ਖਾ ਲਿਓ, ਆਹੋ ਇੱਦਾਂ ਕਰ ਲਓ, ਲੇਕਿਨ ਮੁਰਗ ਮੁਸੱਲਮ ਤਾਂ ਛੱਡਦੇ ਆ ਨਾ, ਦੇਖੋ ਮੋਟੇ ਕਰਨ ਵਾਲੀਆਂ ਚੀਜ਼ਾਂ ਕਿਹੜੀਆਂ, ਪਹਿਲਾਂ ਮੈਂ ਤੁਹਾਨੂੰ ਉਹ ਗਿਣਾ ਦਿਆਂ, ਸਭ ਤੋਂ ਪਹਿਲਾਂ ਮੋਟੇ ਕਰਨ ਵਾਲੀ ਚੀਜ਼ ਆ ਤੁਹਾਡੀ ਮੀਟ, ਪ੍ਰੋਟੀਨ ਵੀ ਜ਼ਰੂਰੀ ਆ, ਮੀਟ 'ਚ ਪ੍ਰੋਟੀਨ ਹੁੰਦੀ ਆ, ਲੇਕਿਨ ਓਨਾ ਖਾਣਾ ਜਿੰਨੀ ਪ੍ਰੋਟੀਨ ਤੁਹਾਨੂੰ ਚਾਹੀਦੀ ਆ, ਦੂਸਰੇ ਨੰਬਰ 'ਤੇ ਮੋਟੇ ਕਰਨ ਵਾਲੀ ਚੀਜ਼ ਕਿਹੜੀ ਹੈ, ਸ਼ੂਗਰ, ਮਿੱਠਾ, ਚੋਕਲੇਟਸ, ਕੋਈ ਵੀ ਮਿੱਠਾ, ਸੋਡੇ 'ਚ ਮਿੱਠਾ ਹੁੰਦਾ 8 ਚਮਚ ਹੁੰਦੀ ਆ ਆਲਮੋਸਟ, 8.5 ਚਮਚ ਚੀਨੀ, ਯਾਨੀ 12-45 ਗ੍ਰਾਮ ਚੀਨੀ ਹੁੰਦੀ ਆ 8 ਚਮਚਾ ਆਲਮੋਸਟ, ਇੱਕ ਗਲਾਸ ਛੋਟੇ ਨਿੱਕੇ ਕੈਨ 'ਚ, ਤੁਸੀਂ ਦੇਖੋ 45 ਗ੍ਰਾਮ ਚੀਨੀ ਜਿਹੜਾ ਬੰਦਾ ਰੋਜ਼ ਇੱਕ ਵਾਰੀ ਵੀ ਪੀਂਦਾ ਰਹੇ, ਉਦਾਂ ਕਿਸੇ ਨੂੰ ਪਤਲਾ 8 ਚਮਚ ਖੰਡ ਦੇ ਖਾ ਕੇ ਦਿਖਾ, ਉਹਨੇ ਨਹੀਂ ਖਾਣੇ,
ਹਾਂ ਨਹੀਂ ਖਾਧੇ ਜਾਣੇ ਬੰਦੇ ਕੋਲੋਂ ਵੀ 8 ਚਮਚ ਕਿੰਨਾ ਖਾ ਲੂ ਬੰਦਾ ਕੋਈ ਇਹਨੂੰ ਇਹਨੂੰ ਅਗਰ ਚੈੱਕ ਕਰਨਾ ਨਾ ਕਿ 8 ਚਮਚ ਹੁੰਦੀ ਹੈ ਕਿ ਨਹੀਂ ਤੁਸੀਂ ਦੁੱਧ ਦਾ ਉਹਦਾ ਸੋਡੇ ਦਾ ਅੱਧਾ ਕਹਿਣ ਲਵੋ 7 ਅਪ ਸਪੋਜ਼ ਤੇ ਅੱਧਾ ਉਹਦੇ 'ਚ ਪਾਣੀ ਪਾ ਲਓ ਉਹਦਾ ਅੱਧਾ ਟੇਸਟ ਆਪਣਾ ਆ ਜਾਏਗਾ ਕੌੜੀ ਹੋ ਜਾਏਗੀ ਅੱਛਾ ਮੈਂ ਜਦੋਂ ਗਵਰਨਮੈਂਟ 'ਚ ਹੁੰਦਾ ਸੀ ਉੱਥੇ ਪਾਕਿਸਤਾਨ ਅਤੇ ਮੇਰੀ ਡਿਊਟੀ ਲੱਗੀ ਮੈਨੂੰ ਇਹ ਬੈਵਰੇਜਿਸ 'ਤੇ ਡਿਊਟੀ ਲੱਗ ਗਈ ਬੈਵਰੇਜਿਸ ਫੈਕਟਰੀਆਂ ਪੈਪਸੀ ਕੋਕ ਸ਼ੋਕ ਜਿਹੜੀਆਂ ਆਉਂਦੀਆਂ 7 ਅਪ ਮੈਂ ਦੇਖਿਆ 7 ਅਪ ਫੈਕਟਰੀ 'ਚ ਕਿ ਉਹ ਜਦੋਂ ਅਸੀਂ ਇੱਦਾਂ ਪਾਣੀ ਪਾ ਕੇ ਪੀਣਾ ਨਾ ਉੱਥੇ ਤੋਂ ਪੀਤੀ ਨਾ ਜਾਣੀ ਮੈਂ ਕਿਹਾ ਯਾਰ ਇਹ ਕੀ ਹੈ ਮੈਨੂੰ ਚੈੱਕ ਤਾਂ ਕਰਾਓ ਅੰਦਰ ਜਾ ਕੇ ਦੇਖਿਆ ਤਾਂ ਇੱਕ ਗੋਦਾਮ ਚੀਨੀ ਦਾ ਭਰਿਆ ਰੋਜ਼ ਚੀਨੀ ਦਾ ਟਰੱਕ ਆਉਂਦਾ ਸੀ ਮੈਂ ਕਿਹਾ ਇੰਨੀ ਚੀਨੀ ਕੀ ਕਰਦੇ ਹੋ ਅੰਦਰ ਤੁਸੀਂ ਉਹਨੇ ਕਿਹਾ ਜੀ ਇਹ ਐਸੈਂਸ ਦਾ ਜਿਹੜਾ 7 ਅਪ ਦਾ ਇੰਨਾ ਕੁ ਇੰਨੇ ਐਸੈਂਸ ਦੇ ਯੂਨਿਟ ਨਾਲ ਇੱਕ ਯੂਨਿਟ ਐਡਾ ਹੁੰਦਾ ਸੀ ਇੰਨੇ ਯੂਨਿਟ ਨਾਲ 4500 ਕਰੇਟ ਬਣਾਉਂਦੇ ਸੀ ਅਤੇ ਉੱਥੇ ਮੈਨੂੰ ਪਤਾ ਲੱਗਿਆ ਕਰਪਸ਼ਨ ਹੁੰਦੀ ਸੀ ਅਤੇ ਉਹ 9000 ਕਰੇਟ ਬਣਾਉਂਦੇ ਸੀ ਇੰਨੇ ਐਸੈਂਸ ਦੇ ਯੂਨਿਟ ਨਾਲ ਉਹ ਕਿੰਨਾ ਜ਼ਹਿਰੀਲਾ ਹੋਏਗਾ ਉਹਨੂੰ ਮਿੱਠਾ ਕਰਨ ਲਈ ਉਨੀ ਵਿੱਚ ਚੀਨੀ ਪਾਉਂਦੇ ਸੀ 45 ਗ੍ਰਾਮ ਆਲਮੋਸਟ ਇੱਕ ਕੈਂਚ ਉਹਦੇ ਥੱਲੇ ਲਿਖਿਆ ਹੁੰਦਾ ਕਿੰਨੀ ਚੀਨੀ ਹੁੰਦੀ 40 ਗ੍ਰਾਮ 45 ਗ੍ਰਾਮ ਉਹ ਮੈਂ ਉਹਨਾਂ 'ਤੇ ਥੋੜ੍ਹੀ ਸਖਤੀ ਕੀਤੀ ਉਹਨਾਂ ਨੂੰ ਇਮਾਨਦਾਰ ਕਰਤਾ ਉਹਨਾਂ ਦੀ ਕਰਪਸ਼ਨ ਮੁਕਾਈ ਅਤੇ ਉਹ ਇੱਕ ਯੂਨਿਟ ਤੋਂ 4500 ਕਰੇਟ ਬਣਨੇ ਸ਼ੁਰੂ ਹੋ ਗਏ ਬੋਤਲ ਨਹੀਂ ਹੁੰਦੀ ਆਪਣੇ ਸ਼ੀਸ਼ੇ ਦੀ 4500 ਕਿੱਥੇ 9000 ਬਣਾਉਂਦੇ ਸੀ ਅਤੇ ਤਦ ਵੀ ਠੀਕ ਸੀ ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ ਹੁਣ ਉਹ 4500 ਬਣਨ ਲੱਗ ਗਏ ਮੈਨੂੰ ਬਾਹਰ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਯਾਰ ਅੱਜ 7 ਅਪ ਬੜੀ ਤੇਜ਼ ਆਉਂਦੀ ਆ ਜਦੋਂ ਪੀਨੇ ਮੋਸ਼ਨ ਲੱਗ ਜਾਂਦੇ ਇੰਨੀ ਸਟਰੋਂਗ ਹੋ ਗਈ ਉਹ ਕਹਿੰਦੇ ਤੁਹਾਨੂੰ ਕਿਹਾ ਸੀ ਨਾ ਸਰ ਇਹ ਕਰਪਸ਼ਨ ਚੱਲਣ ਦਿਓ ਇਹ ਕੌਮ ਜੈਨੂਅਨ ਚੀਜ਼ ਨਹੀਂ ਖਾ ਸਕਦੀ ਇੰਨਾ ਮਿੱਠਾ ਕਰਨ ਲਈ ਤੁਸੀਂ ਉਹਦੇ 'ਚ ਇੰਨਾ ਚੀਜ਼ ਪਾਉਂਦੇ ਹੋ ਉਹਦੀ ਕੜਵਾਹਟ ਨੂੰ ਕੰਮ ਕਰਨ ਲਈ ਉਹ ਕਿੰਨੀ ਨੁਕਸਾਨਦੇਹ ਹੋਏਗੀ ਫਿਰ ਉੱਤੋਂ ਮਿੱਠਾ ਉਹ ਨੁਕਸਾਨਦੇਹ ਆਪਾਂ ਟੋਪਿਕ ਤੋਂ ਹਟ ਗਏ 45 ਗ੍ਰਾਮ ਚੀਨੀ ਨੂੰ 0 ਗ੍ਰਾਮ ਕਰ ਦਿਓ ਜਿੰਨੀ ਵੀ ਤੁਸੀਂ ਰੋਟੀ ਖਾਂਦੇ ਹੋ ਉਹਦੇ 'ਚ ਚੀਨੀ ਹੁੰਦੀ ਹੈ ਗਲੂਕੋਜ਼ ਤਾਂ ਹਰ ਚੀਜ਼ 'ਚ ਹੈ ਨਾ ਫਰੂਟ ਖਾਂਦੇ ਹੋ ਉਹਦੇ 'ਚ ਗਲੂਕੋਜ਼ ਹੁੰਦਾ ਸੁਕਰੋਜ਼ ਵੀ ਹੁੰਦਾ ਫਰੁਕਟੋਜ਼ ਵੀ ਹੁੰਦਾ ਫਰੁਕਟੋਜ਼ ਗਲੂਕੋਜ਼ ਸੁਕਰੋਜ਼ ਗਲੂਕੋਜ਼ ਆ ਫਰੁਕਟੋਜ਼ ਤਾਂ ਉਹਦਾ ਆਪਣਾ ਹੈ ਉਹ ਨਹੀਂ ਨੁਕਸਾਨ ਦਿੰਦਾ ਤੁਸੀਂ ਚੋਕਲੇਟ ਖਾ ਲੈਂਦੇ ਕਿਤੇ ਐਵੇਂ ਮੂੰਹ ਮਾਰ ਲਿਆ ਕਿਤੇ ਕੈਂਡੀ ਖਾ ਲਈ ਮੇਰੇ ਕਲੀਨਿਕ 'ਤੇ ਆ ਗਏ ਅਤੇ ਉੱਥੇ ਦੇਖਿਆ ਹਰ ਪਾਸੇ ਕੈਂਡੀਆਂ ਪਈਆਂ ਇੱਕ ਚੁੱਕੇ ਐਵੇਂ ਮਜ਼ਾਕ ਨਾ ਖਾ ਲਈ ਜਿਹੜੀ ਸਨੈਕਿੰਗ ਜੀ ਅਸੀਂ ਐਵੇਂ ਕਰਦੇ ਰਹਿੰਦੇ ਸਾਰਾ ਦਿਨ ਡਬਲ ਰੋਟੀ ਦਾ ਪੀਸ ਖਾ ਲਿਆ ਜ਼ਿਆਦਾ ਹੈਵੀ ਹੋ ਜਾਂਦੀ ਉਹਦੇ 'ਚ ਗਲੂਕੋਜ਼ ਆ ਹਰ ਚੀਜ਼ 'ਚ ਗਲੂਕੋਜ਼ ਆ ਇੱਕ ਤਾਂ ਤੁਸੀਂ ਇਹ ਗਲੂਕੋਜ਼ ਘੱਟ ਕਰ ਦਿਓ ਇੱਕ ਮੀਟ ਘੱਟ ਕਰ ਦਿਓ ਅਤੇ ਇੱਕ ਕਾਰਬ ਘੱਟ ਕਰ ਦਿਓ ਰੋਟੀਆਂ ਜਿੰਨੀਆਂ ਉਹ ਕਾਰਬ ਆ ਤੁਸੀਂ ਕਿਸੇ ਵੀ ਚੀਜ਼ ਦਾ ਆਟਾ ਬਣਾ ਕੇ ਜਦੋਂ ਉਹਨੂੰ ਖਾਧਾ ਨਾ ਰੋਟੀ ਪਕਾਈ ਉਹਨੇ ਕਾਰਬ ਬਣ ਗਿਆ ਇਹ 3 ਚੀਜ਼ਾਂ ਤੁਹਾਡੇ ਮੋਟਾਪੇ ਨੂੰ ਬਿਲਕੁਲ ਥੱਲੇ ਲੈ ਆਉਣਗੀਆਂ ਉਸ ਤੋਂ ਬਾਅਦ 16:8 ਵਾਲਾ ਫਾਰਮੂਲਾ ਕਰੋ 16 ਘੰਟੇ ਨਹੀਂ ਖਾਣਾ ਪਾਣੀ ਪੀਣਾ ਤੁਸੀਂ ਲਿਕੁਇਡ ਜਿੰਨੇ ਮਰਜ਼ੀ ਪੀ ਜਾਓ ਜਿਹਦੇ 'ਚ ਮਿੱਠਾ ਨਹੀਂ ਹੈਗਾ ਜਾਂ ਘੱਟ ਆ ਲੇਕਿਨ ਤੁਸੀਂ ਰੋਟੀ ਜਾਂ ਹਾਰਡ ਚੀਜ਼ ਕੋਈ ਨਹੀਂ ਖਾਣੀ ਡਬਲ ਰੋਟੀ ਦਾ ਪੀਸ ਵੀ ਨਹੀਂ ਖਾਣਾ ਕੋਈ ਇਹ ਕਰਕੇ ਦੇਖੋ 3 ਮਹੀਨੇ ਪਹਿਲੇ ਦਿਨ ਵਜ਼ਨ ਕਰ ਲਓ 3 ਮਹੀਨੇ ਕਰੋ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਂਦੇ ਰਹੋ ਨਾਲ ਬਾਕੀ ਟਾਈਮ 'ਚ 8 ਘੰਟੇ ਖਾਓ ਅਤੇ ਤੁਹਾਡਾ ਇਹ ਦੇਖਣਾ ਤੁਹਾਡਾ ਮਸਲਾ ਕਿਵੇਂ ਹੱਲ ਹੁੰਦਾ ਜਿਹੜੇ ਬਾਕੀ ਦੇ 16 ਘੰਟੇ 'ਚ ਪਾਣੀ ਵੀ ਰਹਿੰਦੇ ਹੋ ਪਾਣੀ ਪੀਓ ਨਾ ਕਿਉਂ ਰਹਿੰਦੇ ਹੋ ਉਹ ਰਹਿੰਦੇ ਤਾਂ ਫਿਰ ਤਾਂ ਰੋਜ਼ਾ ਹੋ ਗਿਆ ਨਾ ਪਾਣੀ ਪੀਓ ਪਾਣੀ ਜਿੰਨਾ ਮਰਜ਼ੀ ਪੀਓ ਦੂਸਰੇ ਨੰਬਰ 'ਤੇ ਆ ਜਾਓ ਤੁਸੀਂ ਕਾਊਂਟ ਕਰਨਾ ਸ਼ੁਰੂ ਕਰ ਦਿਓ ਕਿ ਡੇਲੀ ਤੁਸੀਂ 500 ਕੈਲੋਰੀਜ਼ ਖਾਣੀਆਂ ਡਾਕਟਰ ਸਾਹਿਬ ਕੀ 500 ਕੈਲੋਰੀਜ਼ ਰੋਜ਼ ਦੀਆਂ ਨਫ ਹੁੰਦੀਆਂ ਨੇ ਬਹੁਤ ਅਡਫ ਹੈ ਰੋਜ਼ ਦੀਆਂ ਤੁਸੀਂ ਕਰਦੇ ਖਾਂਦੇ ਹੋ ਰੋਜ਼ ਦੀਆਂ ਕੈਲਰੀਆਂ 2-3000 ਔਰ ਇਹ ਤੁਹਾਨੂੰ ਬੜਾ ਰਹੀਆਂ ਨੇ ਅੱਛਾ ਇਹ ਮੋਟਾ ਕਰ ਰਹੀਆਂ ਨੇ ਅੱਛਾ ਜਦੋਂ ਪਤਲੇ ਹੋਣਾ ਉਦੋਂ ਫਿਰ ਘਟਾਉਣੀਆਂ ਪੈਣੀਆਂ ਹਾਂ ਉਦੋਂ ਤੁਸੀਂ ਰੋਜ਼ ਦੀਆਂ 2000 ਰਿਡਿਊਸ ਕਰ ਦੇਣੀਆਂ ਤੇ 500 ਹੀ ਖਾਣੀਆਂ 2500 ਕੈਲਰੀਆਂ ਐਵਰੇਜ ਆਪਾਂ ਖਾਂਦੇ ਹਾਂ ਰੋਜ਼ ਤੇ 2500 ਕੈਲਰੀਜ਼ ਫਿਰ ਮੋਟਾ ਨਹੀਂ ਕਰੇਗੀ ਤੇ ਹੋਰ ਕੀ ਕਰੇਗੀ ਤੁਸੀਂ ਗਿਣ ਕੇ ਖਾਣੀਆਂ 500 ਤੋਂ ਉੱਤੇ ਨਹੀਂ ਜਾਣ ਦੇਣਾ ਅੱਛਾ 501 ਨਹੀਂ ਕਰਨੀ 500 'ਚ ਖਾਣਾ ਕੀ ਹੈ ਉਹਦੇ 'ਚ ਤੁਸੀਂ ਦੇਖੋ ਨਾ ਤੁਸੀਂ ਅੰਡਾ ਲੈ ਲਓ ਤੁਸੀਂ ਉਹਦੇ 'ਚ ਗੂਗਲ ਕਰੋਗੇ ਅੰਡੇ 'ਚ ਕਿੰਨੀਆਂ ਕੈਲਰੀਆਂ ਬੋਇਲ ਅੰਡੇ 'ਚ ਕਿੰਨੀਆਂ ਅਤੇ ਫਰਾਈ ਅੰਡੇ 'ਚ ਕਿੰਨੀਆਂ
ਅੰਡੇ ਦੀਆਂ ਕੈਲੀਆਂ ਖਾ ਲਈਆਂ, ਤੁਸੀਂ ਡਬਲ ਰੋਟੀ ਦਾ ਪੀਸ ਖਾ ਲਿਆ, ਤੁਸੀਂ ਉਹਦੇ 'ਚ ਦੇਖੋ ਕਿੰਨੀਆਂ, ਇੱਕ ਤਾਂ ਨਹੀਂ ਕਰਨਾ ਪੈਣਾ, ਰੋਜ਼ ਯਾਦ ਹੋ ਜਾਣਗੀਆਂ ਤੁਹਾਨੂੰ। ਬੜੀ ਕਮਾਲ ਦੀ ਐਡ ਸੀਗੀ ਬੰਦੇ ਕੋਲ, ਕੈਲਰੀ ਅਕਾਊਂਟ ਵਾਲਾ ਵੇ ਸਕੇਲ ਨਹੀਂ ਹੁੰਦਾ, ਬੰਦਾ ਚਿਪਸ ਦਾ ਇੱਕ ਪੈਕਟ ਖੋਲਦਾ, ਉਹ 'ਚੋਂ ਇੱਕ ਕੱਢਦਾ, ਉੱਤੇ ਰੱਖਦਾ, ਉਹ ਦੇਖਦਾ ਇਹ 'ਚ ਜ਼ੀਰੋ ਕੈਲਰੀਜ਼ ਨੇ, ਕਿਉਂਕਿ ਵੇਟ ਨੇ ਕੁਛ ਕੀਤਾ ਨਹੀਂ, ਕਹਿੰਦਾ ਅਸੀਂ ਤੋਲ ਕੇ ਖਾਣੀਆਂ, ਉਹਨੇ ਖਾ ਲਈ, ਉਹ ਕੱਲਾ ਕੱਲਾ ਰੱਖ ਰੱਖ ਕੇ ਟੈਸਟ ਕਰਦਾ, ਇਹ ਤਾਂ ਫਿਰ ਆਪਣੇ ਆਪ ਨੂੰ ਧੋਖਾ ਕਰਦਾ ਗਿਆ, ਖਾਂਦਾ ਗਿਆ, ਪਰ ਉਹਨੇ ਖਾਧੀ ਆ ਜ਼ੀਰੋ ਹੀ ਦੇਖੋ ਤੁਸੀਂ, ਧੋਖਾ ਨਹੀਂ ਦੇਣਾ। ਦੂਸਰਾ ਕੰਮ ਤਾਂ 500 ਕੈਲਰੀਜ਼ 'ਤੇ ਆ ਜਾਓ। ਤੀਸਰੇ ਕੰਮ 'ਤੇ ਕੀ ਆ, ਤੀਸਰਾ ਕੰਮ ਹੈ ਤੁਸੀਂ 3.5 to 4 ਲੀਟਰ ਪਾਣੀ ਪੀਣਾ ਰੋਜ਼ ਦਾ, ਰੋਜ਼ ਦਾ, ਇਹ ਤੀਸਰੀ ਚੀਜ਼ ਆ। ਪਾਣੀ ਜਿਹੜਾ ਬੇਸਿਕਲੀ ਤੁਹਾਡਾ ਵੇਟ ਰਿਡਿਊਸ ਕਰਦਾ, ਤੁਹਾਡਾ ਕੋਲੈਸਟਰੋਲ ਰਿਡਿਊਸ ਕਰਦਾ। ਉਹ ਬੰਦੇ ਕਹਿੰਦੇ ਯਾਰ ਸਾਰੀ ਦਿਹਾੜੀ ਵਾਸ਼ਰੂਮ ਨੇ ਤੁਰੇ ਰਹੀਦਾ, ਪਾਣੀ ਤਾਂ ਪੀ ਲਈਦਾ, ਬਾਅਦ 'ਚੋਂ ਦੌੜਾਂ ਹੀ ਲੱਗੀਆਂ ਰਹਿੰਦੀਆਂ। 3.5 ਲੀਟਰ ਤਾਂ ਤੁਹਾਡੀ ਬੇਸਿਕ ਨੈਸੈਸਿਟੀ ਹੈ ਨਾ, ਤੁਸੀਂ 7 ਲੀਟਰ ਪੀਓਗੇ ਤਾਂ ਵਾਸ਼ਰੂਮ ਜਾਓਗੇ, ਜੇ 3.5 ਲੀਟਰ, 3.5 ਵਾਲੇ ਨੂੰ ਜਾਣਾ ਹੀ ਨਹੀਂ ਪਊਗਾ, ਨਹੀਂ ਜਿੰਨਾ ਕੁ ਪਾਣੀ ਉਨਾ ਕੁ ਕਰਨਾ ਪਊਗਾ ਨਾ। 3.5 ਲੀਟਰ ਵਾਲਾ ਬੰਦਾ ਜੇ ਅਗਰ ਵਾਸ਼ਰੂਮ ਨੂੰ ਦੌੜੀ ਜਾਂਦਾ ਤਾਂ ਉਹਨੂੰ ਪ੍ਰੋਸਟੇਟ ਚੈੱਕ ਕਰਨਾ ਚਾਹੀਦਾ। ਅੱਛਾ, ਅਗਰ ਉਹਨੂੰ ਸ਼ੂਗਰ ਨਹੀਂ ਹੈ ਤਾਂ ਉਹਨੂੰ ਨੋਰਮਲੀ ਯੂਰਨ ਆਉਣਾ ਚਾਹੀਦਾ, ਨੋਰਮਲ ਜਿਵੇਂ ਬੰਦੇ ਨੂੰ ਆਉਂਦਾ। ਮੈਂ 3.5 ਲੀਟਰ ਪੀਂਦਾ, ਤੁਹਾਡੇ ਕੋਲ ਕਿੰਨੇ ਘੰਟਿਆਂ ਦਾ ਬੈਠਾ ਹੋਇਆ, ਮੈਂ ਕਿੰਨੀ ਵਾਰੀ ਗਿਆ, ਮੈਂ ਸੁਬਾਹ ਘਰੋਂ ਨਿਕਲਣਾ, ਸ਼ਾਮ ਨੂੰ ਵਾਸ਼ਰੂਮ ਜਾਣਾ, 3.5 ਲੀਟਰ ਪਾਣੀ ਪੂਰਾ ਕਰ, ਸਾਰਾ ਦਿਨ ਤੁਸੀਂ ਵਾਸ਼ਰੂਮ ਨਹੀਂ ਜਾਂਦੇ। ਜਦੋਂ ਦਿਲ ਕਰੇ, ਜਦੋਂ ਮੌਕਾ ਮਿਲੇ, ਕੋਈ ਐਡਾ ਦੌੜ ਨਹੀਂ ਜਿਵੇਂ ਤੁਸੀਂ ਕਹਿੰਦੇ ਹੋ ਕਿ ਸਾਰਾ ਦਿਨ ਦੌੜ ਲੱਗੀ ਰਹਿੰਦੀ ਹੈ। ਜਿਹੜੇ ਬੰਦੇ ਦੀ ਲੱਗੀ ਰਹਿੰਦੀ ਹੈ ਉਹਨੂੰ ਪ੍ਰੋਸਟੇਟ ਚੈੱਕ ਕਰਨਾ ਚਾਹੀਦਾ, ਸ਼ੂਗਰ ਚੈੱਕ ਕਰਨੀ ਚਾਹੀਦੀ, ਜੇ ਵੂਮਨ ਹੈ ਤਾਂ ਉਹਨੂੰ ਅਲਟਰਾਸਾਊਂਡ ਕਰਾਉਣਾ ਚਾਹੀਦਾ ਆਪਣੀ ਯੂਟਰਸ ਦਾ, ਉਹਦੀ ਯੂਟਰਸ ਵੀਕ ਹੈ ਜਾਂ ਉਹਨੂੰ ਅੰਦਰ ਕੋਈ ਇੰਟਰਨਲ ਇਨਫੈਕਸ਼ਨ ਆ ਜਾਂ ਕਿਡਨੀ ਵੀਕ ਆ, ਕੁਛ ਨਾ ਕੁਛ ਤਾਂ ਹੋਏਗਾ ਨਾ ਕਿ ਦੌੜ ਕੇ ਜਾਣਾ ਪੈ ਰਿਹਾ। ਅਦਰਵਾਈਜ਼ ਨੋਰਮਲ ਬੰਦੇ ਨੂੰ 3.5 ਲੀਟਰ ਪੂਰੇ 24 ਘੰਟਿਆਂ 'ਚ ਪਾਣੀ ਪੀ ਕੇ ਇੰਨਾ ਦੌੜ ਕੇ ਨਹੀਂ ਜਾਣਾ ਪੈਂਦਾ। ਦੋ ਤਿੰਨ ਕਿੰਨੀਆਂ, ਤਿੰਨ ਚੀਜ਼ਾਂ ਹੋ ਗਈਆਂ। ਚੌਥੀ ਚੀਜ਼ 'ਤੇ ਆ ਜਾਓ, ਤੁਸੀਂ ਜਿੰਨੇ ਮੀਟ ਖਾਣੇ ਆ, ਮੀਲ ਖਾਣੇ ਆ, ਉਹਨਾਂ ਦਾ ਵੋਲੀਅਮ ਲਾਰਜ ਹੋਣਾ ਚਾਹੀਦਾ। ਮਤਲਬ ਨਹੀਂ ਸਮਝ ਆਏਗਾ, ਵੋਲੀਅਮ ਤੋਂ ਮੁਰਾਦ ਉਹ ਵਾਲੇ ਮੀਲ ਖਾਣੇ ਜਿਹੜੇ ਫੁੱਲੇ ਹੋਏ ਮੀਲ ਹੁੰਦੇ ਆ, ਜਿਵੇਂ ਸੈਲਡ, ਯਾਨੀ ਉਹ ਇੰਨਾ ਸਾਰਾ ਖਾਓਗੇ ਤੇ ਉਹ ਇੰਨਾ ਕਸਰ ਕਰੇ, ਮਤਲਬ ਕੈਲਰੀਆਂ ਉਹਦੇ ਵਿੱਚ ਇੰਨੀਆਂ ਹੋਣੀਆਂ। ਹੁਣ ਇੱਕ ਚਾਕਲੇਟ ਦਾ ਪੀਸ ਖਾ ਲੋਗੇ, ਕੈਲਰੀਆਂ ਉਹਦੇ ਬਰਾਬਰ ਹੋ ਜਾਣਗੀਆਂ ਸ਼ਾਇਦ, ਐਗਜੈਕਟਲੀ ਇੰਨੀਆਂ ਹੋ ਜਾਣਗੀਆਂ। ਤੇ ਤੁਸੀਂ ਲਾਰਜ ਵੋਲੀਅਮ ਵਾਲਾ, ਯਾਨੀ ਇਹ ਇੰਨਾ ਫੁੱਲਿਆ ਹੋਇਆ, ਇੰਨਾ ਸਲਾਦ ਖਾਧਾ, ਲੇਕਿਨ ਐਕਚੁਅਲੀ ਤੁਹਾਨੂੰ ਇੰਨਾ ਕੁ ਵਧਾਇਆ ਉਹਨੇ ਤੁਹਾਨੂੰ, ਅਤੇ ਇੱਕ ਚੋਕਲੇਟ, ਤੁਹਾਡੀ ਗੱਲ, ਇੱਕ ਚੋਕਲੇਟ ਖਾ ਲਿਆ ਤਾਂ ਉਹਨੇ ਇੰਨੇ ਉਹ ਮੀਲ ਜਿੰਨਾ ਕੰਮ ਕਰਤਾ। ਕੋਸ਼ਿਸ਼ ਕਰੋ ਲਾਰਜ ਮੀਲ ਜਿਹਦੇ 'ਚ ਫਰੂਟ ਵੀ ਹੈ, ਤੁਸੀਂ ਫਰੂਟ ਸੈਲਡ ਬਣਾਓ। ਮੇਰੇ ਘਰ ਇੱਕ ਦੋਸਤ ਆਏ ਇੱਕ ਦਿਨ, ਉਹ ਕਹਿੰਦੇ ਕੀ ਪਕਾਇਆ ਅੱਜ? ਮੈਂ ਕਿਹਾ ਕੁਛ ਨਹੀਂ ਪਕਾਇਆ ਯਾਰ, ਅੱਜ ਮੇਰਾ ਮੂਡ ਸੀ ਬਾਹਰ ਖਾਣਾ ਖਾਣਾ। ਉਹਨੇ ਕਿਹਾ ਚਲੋ ਪਕਾਉਂਦੇ, ਕੀ ਪਿਆ? ਮੈਂ ਕਿਹਾ ਲੈਂਬ ਪਿਆ। ਉਹਨੇ ਮੈਨੂੰ ਲੈਂਬ ਦੇ ਦਿਓ, ਮੈਂ ਬਣਾਉਣਾ ਨਾਲ। ਉਹਨੇ ਕਿਹਾ ਸੈਲਡ ਜ਼ਰੂਰ ਬਣਾਉਣਾ। ਮੈਂ ਕਿਹਾ ਯਾਰ ਸੈਲਡ ਲਈ ਤਾਂ ਮੈਂ ਤਾਂ ਕਦੇ ਖਾਧਾ ਹੀ ਨਹੀਂ ਸੈਲਡ, ਤੁਹਾਨੂੰ ਪਤਾ ਸਬਜ਼ੀ ਖੋਰ ਹੈ ਹੀ ਨਹੀਂ, ਅਸੀਂ ਗੋਸ਼ਤ ਖੋਰ ਬਣਦੇ। ਉਹਨੇ ਕਿਹਾ ਕੀ ਪਿਆ ਘਰ 'ਚ? ਉਹ ਕੀ ਹੁੰਦੀਆਂ ਉਹ ਮਿਰਚਾਂ ਵੱਡੀਆਂ ਜਿਹੜੀਆਂ ਹੁੰਦੀਆਂ, ਕੀ ਉਹਨੂੰ ਕਹਿੰਦੇ ਨੇ ਯਾਰ, ਆਪਣੀਆਂ ਸ਼ਿਮਲਾ ਮਿਰਚਾਂ, ਉਹ ਪਈਆਂ ਸੀ 3-4 ਕਲਰ ਦੀਆਂ। ਕਹਿੰਦਾ ਖਜੂਰਾਂ ਪਈਆਂ? ਮੈਂ ਕਿਹਾ ਖਜੂਰਾਂ ਪਈਆਂ। ਕਹਿੰਦਾ ਰੇਜ਼ਨਸ ਪਏ? ਮੈਂ ਕਿਹਾ ਰੇਜ਼ਨਸ ਪਏ। ਕਹਿੰਦਾ ਬਦਾਮ ਪਏ? ਮੈਂ ਕਿਹਾ ਬਦਾਮ ਪਏ। ਕਹਿੰਦਾ ਪਿਸਤੇ ਪਏ? ਮੈਂ ਕਿਹਾ ਪਿਸਤੇ ਪਏ। ਕਹਿੰਦਾ ਦਹੀਂ ਪਈ? ਮੈਂ ਕਿਹਾ ਪਈ। ਕਹਿੰਦਾ ਪਿਆਜ਼ ਪਿਆ? ਮੈਂ ਕਿਹਾ ਪਿਆ। ਇਹ ਸਾਰੀਆਂ ਚੀਜ਼ਾਂ ਮੈਨੂੰ ਉਹਨੇ ਇਹਨਾਂ 5-7 ਚੀਜ਼ਾਂ ਨੂੰ ਮਿਲਾ ਕੇ ਤਾਂ ਸੈਲਡ ਬਣਾਤਾ ਯਾਰ। ਮੈਂ ਖਾਣਾ ਘੱਟ ਖਾਧਾ, ਉਹ ਸੈਲਡ ਜ਼ਿਆਦਾ ਖਾਧਾ। ਇੰਨਾ ਮਜ਼ੇਦਾਰ ਬਣਿਆ ਉਹ, ਇੰਨਾ ਜ਼ਬਰਦਸਤ। ਮੇਰਾ ਦੋਸਤ ਹੈ ਅਤੇ ਬਿਜ਼ਨਸਮੈਨ ਆ, ਤੁਸੀਂ ਲੈ ਕੇ ਵੀ ਆਏ ਸੀ ਜਿਹੜਾ ਉਹਨੂੰ ਪਕਾਉਣ ਦਾ ਬੜਾ ਸ਼ੌਕ ਸੀ। ਕਿਉਂ ਤੁਸੀਂ? ਕਿਉਂਕਿ ਲੈ ਕੇ ਨਹੀਂ ਸੀ ਆਇਆ। ਠੀਕ ਹੈ। ਅਤੇ ਉਹ ਅਸੀਂ ਇੰਨਾ ਮਜ਼ਾ ਆਇਆ ਉਹ ਸੈਲਡ ਖਾਣ ਦਾ। ਤੁਸੀਂ ਇਸ ਤਰ੍ਹਾਂ ਦੀ ਕੋਈ ਚੀਜ਼ ਜਿਹਦਾ ਲਾਰਜਰ ਵੋਲੀਅਮਸ ਆ ਉਹ ਖਾਓਗੇ ਤਾਂ ਉਹਨੇ ਕੈਲਰੀਜ਼ ਆਉਣੀਆਂ ਨਹੀਂ, ਤੁਹਾਡੀ ਇਨਕਰੀਜ਼ ਕਰਨੀ। ਫਿਰ ਅੱਗੇ ਤੁਸੀਂ ਇਹ ਫੂਡ 'ਚ ਹੀ ਆ ਜਾਓ, ਪ੍ਰੋਸੈਸਡ ਫੂਡ ਨਹੀਂ ਖਾਣੀ, ਜਿਹਨੂੰ ਆਪਾਂ ਕੈਨ ਫੂਡ ਕਹਿੰਦੇ ਹਾਂ, ਕੈਨਡ, ਪੈਕਟਾਂ ਦੇ ਵਿੱਚ ਜਾਂ ਕੈਨਾਂ ਦੇ ਵਿੱਚ। ਪ੍ਰੋਸੈਸ ਫੂਡ 'ਚ ਹੀ
ਲਾਰਜ ਵੋਲੀਅਮ ਖਾਣੇ, ਪ੍ਰੋਸੈਸਡ ਫੂਡ ਨਹੀਂ ਖਾਣੀ, ਹੱਥ ਨਹੀਂ ਲਾਉਣਾ ਪ੍ਰੋਸੈਸ ਫੂਡ ਨੂੰ। ਜਿਹੜੀ ਇਹ ਵੀ ਕੈਨ 'ਚ ਫੂਡ ਆਉਂਦੀ ਹੈ, ਤੁਸੀਂ ਦੇਖੋ ਕਿ ਉਹਦੇ 'ਚ ਕੁਛ ਨਾ ਕੁਛ ਤਾਂ ਕੈਮੀਕਲ ਹੋਏਗਾ ਨਾ ਜਿਹੜਾ ਉਹਨੂੰ ਇੱਦਾਂ ਰੱਖਦਾ, ਜਿਹੜਾ ਉਹਨੂੰ ਇੱਦਾਂ ਰੱਖਦਾ, ਜਾਂ ਪ੍ਰੋਸੈਸ ਕਰਕੇ ਪਾਇਆ ਹੋਏਗਾ। ਜਿਵੇਂ ਪਿਊਰੀ ਆਪਾਂ ਲੈ ਲੈਂਦੇ ਹਾਂ ਇਹਦੀ ਟੋਮੈਟੋ ਦੀ, ਜਿੰਨੇ ਰੈਸਟੋਰੈਂਟਸ ਆ ਉਹ ਕੀ ਕਰਦੇ ਨੇ, ਪ੍ਰੋਸੈਸਡ ਚਨੇ ਹੁੰਦੇ ਉਹਨਾਂ ਕੋਲ, ਉਹ ਸੁੱਟੇ ਫਰਾਈਂਗ ਪੈਨ 'ਚ, ਪਿਊਰੀ ਸੁੱਟੀ ਟੋਮੈਟੋ ਦੀ, ਤੁਹਾਨੂੰ ਇਸ ਤਰ੍ਹਾਂ ਕਰਕੇ ਚਨੇ ਫੜਾ ਦੇ, ਦੋਨੋਂ ਚੀਜ਼ਾਂ ਪ੍ਰੋਸੈਸ। ਅਤੇ ਤੁਸੀਂ ਫਿਰ ਕਹੋ ਕਿ ਮੇਰਾ ਭਾਰ ਘੱਟ ਜਾ, ਕਿਵੇਂ ਘਟੇਗਾ? ਪ੍ਰੋਸੈਸਡ ਫੂਡ ਨੂੰ ਹੱਥ ਨਹੀਂ ਲਾਉਣਾ, ਅੱਗੇ ਆ ਜਾਓ। ਅਕਸਰ ਤੁਸੀਂ ਬੈਠੇ ਬੈਠੇ ਐਵੇਂ ਹੀ ਹੱਥ ਮਾਰਦੇ ਰਹਿੰਦੇ ਹੋ ਮੂੰਹ ਨੂੰ, ਸਨੈਕਿੰਗ ਚੱਲਦੀ ਰਹਿੰਦੀ। ਹਾਂ, ਸਨੈਕਸ ਖਾ ਰਹੇ ਸੀ, ਸਨੈਕਸ ਛੱਡ ਦਿਓ, ਬਿਲਕੁਲ ਬਿਲਕੁਲ। ਇਹ ਆਦਤ ਹੈ ਐਕਚੁਅਲੀ, ਇਹ ਰਿਕੁਆਇਰਮੈਂਟ ਨਹੀਂ ਹੈਗੀ ਤੁਹਾਡੀ ਬੋਡੀ ਦੀ। ਘਰਾਂ ਦੇ ਵਿੱਚ ਇੱਕ ਸਪੈਸ਼ਲ ਖਾਣਾ ਬਣਿਆ ਹੋ ਗਈ ਵੀ ਓਕੇ, ਜੇ ਬੈਠੇ ਹੋ ਇੱਥੇ ਚਿਪਸ ਪਏ ਨੇ, ਇੱਥੇ ਬਿਸਕ ਕੁਕੀਜ਼ ਪਈਆਂ ਨੇ, ਫਲਾਣੀ ਚੀਜ਼ ਪਈਆਂ ਨੇ, ਫਿਰ ਅਸੀਂ ਕਹੀਦਾ ਵੀ ਯਾਰ ਅਸੀਂ ਮੈਂ ਸਾਰਾ ਦਿਨ ਤਾਂ ਸੈਲਡ ਹੀ ਖਾਧੇ, ਆਪ ਫਿਰ ਵੇਟ ਫਿਰ ਵੀ ਨਹੀਂ ਘੱਟ ਰਿਹਾ ਮੇਰਾ, ਕਿਉਂਕਿ ਜਿਹੜੀ ਅਨਵਾਂਟਡ ਜੀ ਸਨੈਕਿੰਗ ਆਫਿਸ 'ਚ ਘਰੇ ਸਾਰਾ ਦਿਨ ਹੀ ਚੱਲਦੀ ਰਹਿੰਦੀ ਆ, ਉਹ ਬਾਕੀ ਗੱਡੀ 'ਚ ਕਈ ਵਾਰੀ ਅਸੀਂ ਆਮ ਸਨੈਕਿੰਗ ਕਿੱਡੀ ਅਨਹੈਲਦੀ ਰੱਖੀ ਹੁੰਦੀ, ਜਾਣ ਕੇ ਰੱਖੀ ਹੁੰਦੀ ਵੀ ਕੁਛ ਬੰਦ ਕਰ ਦਿਓ। ਫਿਰ ਇੱਕ ਹੋਰ ਟੈਕਨੀਕ ਦਿੰਦਾ ਤੁਹਾਨੂੰ ਖਾਣ ਦੇ ਬਾਰੇ 'ਚ, ਤੁਸੀਂ ਸਲੋ ਖਾਣਾ ਖਾਓ, ਹੌਲੀ। ਜਿੰਨਾ ਸਲੋ ਖਾਣਾ ਖਾਓਗੇ ਓਨਾ ਟਾਈਮ ਜ਼ਿਆਦਾ ਲੱਗੇਗਾ, ਟਾਈਮ ਜ਼ਿਆਦਾ ਲੱਗੇਗਾ ਤੁਹਾਡਾ ਸਟੋਮਕ ਪਹਿਲਾਂ ਹੀ ਫੁੱਲ ਹੋ ਜਾਏਗਾ, ਤੁਹਾਨੂੰ ਫੀਲ ਹੋਏਗਾ ਫੁੱਲ ਹੋ ਗਿਆ। ਸਕੂਲ 'ਚ ਐਵੇਂ ਨਹੀਂ ਕਹਿੰਦੇ ਵੀ ਇੱਕ ਬਾਈਟ ਨੂੰ 32 ਵਾਰੀ ਚਬਾ ਕੇ ਖਾਣਾ, 32 ਵਾਰੀ ਚਬਾ ਕੇ ਖਾਣਾ। ਇਹ ਪ੍ਰੋਫਿਟ ਮੁਹੰਮਦ ਸੱਲ੍ਹਾ ਸਲਮ ਦਾ ਹਦੀਸ ਹੈ, ਇੱਕ ਕੌਲ ਆ ਉਹਨਾਂ ਦਾ ਇਹ ਕਿ ਇੱਕ ਲੁੱਕ ਮੈਨੂੰ 32 ਵਾਰੀ ਚਬਾ ਕੇ ਖਾਓ। ਉਹ ਉਹਦੀ ਵਜ੍ਹਾ ਪਿੱਛੇ ਕੋਈ ਇੱਦਾਂ ਦੀ ਸੀਗੀ ਕਿ 32 ਟਾਈਮਸ ਤੁਸੀਂ ਚਬਾਓਗੇ ਤੁਹਾਡਾ ਪੇਟ ਭਰ ਜਾਏ। ਜਿਹੜੇ ਹੌਲੀ ਖਾਣਗੇ ਰੋਟ ਸਾਹਿਬ ਉਹ ਘੱਟ ਖਾਣਗੇ, ਹਾਂ। ਜਿਹੜੇ ਬੰਦੇ ਤੇਜ਼ ਖਾਣਗੇ ਉਹ ਬਹੁਤ ਵੱਧ ਖਾ ਲੈਣਗੇ। ਲੇਕਿਨ ਮੈਂ ਇੱਕ ਐਸੇ ਬੰਦੇ ਨੂੰ ਵੀ ਪਿਛਲੇ ਹਫ਼ਤੇ ਮਿਲਿਆ, ਹਾਲੈਂਡ ਤੋਂ ਸਾਡੇ ਇੱਕ ਦੋਸਤ ਦਾ ਭਾਂਜ ਹੋਰੀ ਆਏ ਸੀ, ਉਹ ਉਹਨਾਂ ਨੇ ਜਿੰਨੀ ਪਲੇਟ ਅਸੀਂ ਪਾਈ ਸੀ ਉਹਨਾਂ ਨੇ ਮਾਸ਼ਾਅੱਲਾ ਉਹਦੇ ਤੋਂ ਡਬਲ ਪਾਈ ਸੀ, ਅਤੇ ਉਹਨਾਂ ਨੂੰ ਲੇਕਿਨ ਆਦਤ ਸੀ 32 ਟਾਈਮ ਚਬਾ ਕੇ ਖਾਂਦੇ। ਯੰਗ ਬੱਚਾ ਉਹਨੇ ਕਿਤੋਂ ਪੜ੍ਹ ਲਿਆ, ਉਹਨੇ ਕਿਹਾ ਜੀ ਮੈਂ ਤਾਂ ਇੱਦਾਂ ਹੀ ਖਾਣਾ। ਉਹ ਹੌਲੀ ਹੌਲੀ ਲੱਗਾ ਰਿਹਾ ਸੀ, ਖਾਣਾ ਵੀ ਖਾ ਲਿਆ ਸੀ, ਸਵੀਟਸ ਵੀ ਖਾ ਲਈ, ਚਾਹ ਵੀ ਪੀ ਲਈ, ਉਹ ਲੱਗਾ ਹੋਇਆ ਹੌਲੀ ਹੌਲੀ, ਉਹਨੂੰ ਅਸੀਂ ਨਹੀਂ ਟੋਕਿਆ। ਉਹਨੇ ਡਬਲ ਖਾਧਾ ਲੇਕਿਨ ਬਹੁਤ ਸਲੋ ਖਾਧਾ। ਤੁਸੀਂ ਡਬਲ ਨਾ ਕਰਨਾ ਜਿੰਨਾ ਨੋਰਮਲ ਖਾਂਦੇ ਹੋ। ਇਹਦੇ 'ਚ ਇੱਕ ਹੋਰ ਟੈਕਨੀਕ ਦੱਸ ਦਿੰਦਾ ਤੁਹਾਨੂੰ ਖਾਣਾ ਖਾਣ 'ਚ ਕਿ ਡਬਲ ਨਾ ਖਾਣਾ, ਛੋਟੀਆਂ ਪਲੇਟਾਂ ਲਓ, ਪਲੇਟ ਛੋਟੀ ਯੂਜ਼ ਕਰੋ। ਜਦੋਂ ਵੀ ਖਾਣਾ ਪਾਓ ਨਾ ਆਪਣੇ ਕੋਲ ਐਡੀ ਪਲੇਟ ਹੁੰਦੀ ਹੈ, ਉਹ ਸਹੀ ਹੈ, ਉਹ ਜਦੋਂ ਤੱਕ ਭਰੇ ਨਾ ਬੰਦਾ ਉਹਨੂੰ ਤੱਕ ਛੱਡਦਾ ਹੀ ਨਹੀਂ, ਛੱਡਦਾ ਨਹੀਂ। ਫਿਰ ਕਹਿੰਦਾ ਕਿ ਪਲੇਟ ਖਾਲੀ ਕਰਨੀ ਚਾਹੀਦੀ ਹੈ, ਉਹ ਪਲੇਟ ਹੀ ਛੋਟੀ ਲੈ ਲਓ ਤੁਸੀਂ। ਹਮੇਸ਼ਾ ਹੀ ਯਾਦ ਰੱਖਣਾ ਵੇਟ ਲੋਸ ਕਰਨਾ ਨਾ, ਅਤੇ ਇਹ ਜਿਹੜੀਆਂ ਮੈਂ 4 ਚੀਜ਼ਾਂ ਦੱਸੀਆਂ ਇਹਦੇ ਨਾਲ, ਇਹਦੇ ਵਿੱਚ ਹੀ ਖਾਣੇ 'ਚ ਹੀ ਆ ਗਈ ਹੈ ਚੌਥੀ, ਜਿਹੜੀ ਕਿ ਪਲੇਟ ਛੋਟੀ ਲੈਣੀ ਹੈ, ਖਾਣਾ ਸਲੋ ਖਾਣਾ, ਸਨੈਕਸ ਨਹੀਂ ਖਾਣੇ, ਅਤੇ ਚਬਾ ਕੇ ਖਾਣਾ, ਅਤੇ ਲੇਟ ਨਾਈਟ ਵਾਲਾ ਖਾਣਾ ਬੰਦ, 6 ਵਜੇ ਤੋਂ ਬਾਅਦ ਖਾਣਾ ਬੰਦ। ਜੇ 10 ਵਜੇ ਸ਼ੁਰੂ ਕੀਤਾ ਤਾਂ 6 ਵਜੇ ਬੰਦ, 11 ਵਜੇ ਸ਼ੁਰੂ ਕੀਤਾ ਤਾਂ 7 ਵਜੇ ਬੰਦ, 7 ਵਜੇ ਬੰਦ। 10 ਵਜੇ ਤੋਂ 6 ਵਜੇ ਵਾਲਾ ਜ਼ਿਆਦਾ ਬੈਟਰ ਆ, ਕਿਉਂਕਿ ਆਪਾਂ ਨੂੰ ਹੁਣ ਸਰਦੀਆਂ ਆ ਗਈਆਂ, ਆਪਾਂ 9-10 ਵਜੇ ਬੈਠ ਤੇ ਚੱਲੇ। ਜਿਹੜੀ ਆਮ ਜਿਹੜੇ ਯੰਗਸਟਰਸ ਨੇ ਡਾਕਟਰ ਸਾਹਿਬ, ਉਹਨਾਂ ਨੂੰ ਲੇਟ ਰਾਤ ਤੱਕ ਨਾ ਸੌਣ ਦੀ ਆਦਤ ਹੁੰਦੀ ਹੈ ਵੀ 1-2 ਵਜੇ ਸੌਣਾ, ਉਹ ਫਿਰ ਜੇ ਅਰਲੀ 6 ਵਜੇ ਸਮਾਪਤ ਕਰ ਦੇਣਗੇ 1-2 ਵਜੇ ਤੱਕ, ਫਿਰ ਪੋਸੀਬਲ ਨਹੀਂ ਹੋਣਾ ਕਿ ਇੰਨੀ ਲੇਟ ਤੱਕ ਤੁਸੀਂ ਸੌ ਸਕੋ। ਉਹ ਉਹਨਾਂ ਦੇ ਜਿੱਦਾਂ ਦਾ ਤੁਹਾਡਾ ਲਾਈਫ ਸਟਾਈਲ ਆ ਉਸ ਹਿਸਾਬ ਨਾਲ ਆਪਣਾ ਟਾਈਮ ਬੰਨਿਆ ਜਾ ਸਕਦਾ। ਉਹ ਨਹੀਂ, ਉਹ ਜਿਹੜਾ ਵੀ ਬੰਦਾ ਲੇਟ ਖਾਣਾ ਖਾਂਦਾ ਨਾ ਸੂਰਜ ਡੁੱਬਣ ਤੋਂ ਬਾਅਦ ਖਾਂਦਾ, ਉਹਦਾ ਲਾਈਫ ਸਟਾਈਲ ਠੀਕ ਨਹੀਂ ਹੈਗਾ ਮੇਰੇ ਹਿਸਾਬ 'ਚ। ਬਦਲਣਾ ਪੈਣਾ, ਉਹ ਬਦਲਣਾ ਹੀ ਪੈਣਾ। ਉਹ ਜਦੋਂ ਉਹਨੂੰ ਭੁੱਖ ਲੱਗੇਗੀ ਨਾ ਰਾਤ ਨੂੰ, ਅਤੇ ਉਹ ਥੋੜ੍ਹਾ ਜਿਹਾ ਅਵੋਇਡ ਕਰੇਗਾ ਖਾਣ ਤੋਂ, ਅਤੇ ਉਦੋਂ ਉਹਦੇ ਜਿਸਮ ਉਹਦੀ ਚਰਬੀ ਖਾਏਗਾ, ਉਹਦਾ ਜਿਸਮ ਉਹਦਾ ਵੇਟ ਲੂਜ਼ ਕਰੇਗਾ। ਉਹ ਅਵੋਇਡ ਕਰੇ ਖਾਣ ਤੋਂ, ਥੋੜ੍ਹਾ ਬਹੁਤ ਫਰੂਟ ਰੱਖ ਲਏ, ਡਰਾਈ ਫਰੂਟਸ ਰੱਖ ਲਏ ਥੋੜ੍ਹਾ ਥੋੜ੍ਹਾ, ਜੇ ਤੁਹਾਨੂੰ ਇੰਨਾ ਹੀ ਸ਼ੌਕ ਹੈ 4-5 ਦਾਣੇ ਪਿਸਤੇ ਦੇ, 10 ਦਾਣੇ 10-12 ਬਦਾਮ ਰੱਖ ਲਓ, 5-7 ਰੇਜ਼ਨਸ ਰੱਖ ਲਓ, 5-7 ਹੋਰ ਐਵੇਂ ਬਾਕੀ ਚੀਜ਼ਾਂ ਰੱਖ ਲਓ, ਇੰਨੀ ਕੁ ਬਣ ਜਾਏਗੀ ਉਹ।
ਤੁਹਾਨੂੰ ਅਗਰ ਬਹੁਤ ਕਰੇਵਿੰਗ ਹੋ ਰਹੀ ਹੈ ਤਾਂ ਇੱਕ ਇੱਕ ਦਾਣਾ ਕਰਕੇ ਉਹ ਚਬਾ ਕੇ ਖਾਂਦੇ ਰਹੋ, ਇਹਦੇ 'ਚ ਪੰਪਕਿਨ ਸੀਡਸ ਰੱਖ ਲਓ, ਇਹਦੇ 'ਚ ਸੂਰਜਮੁਖੀ ਦੇ ਸੀਡਸ ਰੱਖ ਲਓ, ਉਹ ਥੋੜ੍ਹੇ ਥੋੜ੍ਹੇ ਚਬਾ ਚਬਾ ਕੇ ਇੰਝ ਖਾਂਦੇ ਰਹੋ, ਉਹਦੇ ਨਾਲ ਤੁਹਾਡੇ ਉਹ ਸਨੈਕਿੰਗ ਜ਼ਿਆਦਾ ਬਿਹਤਰ ਆ ਬਜਾਏ ਖਾਣਾ ਵਾਲੀ, ਜਾਂ ਤੁਸੀਂ ਕੋਈ ਮਿੱਠੀ ਸਵੀਟਸ ਰੱਖ ਲਓ ਉਹਦੇ ਨਾਲੋਂ ਇਹ ਜ਼ਿਆਦਾ ਬੈਟਰ ਆ। ਇਹ ਥੋੜ੍ਹੀਆਂ ਕੈਲਰੀਜ਼ ਵਧਾਏਗੀ, ਇਹ ਵੀ ਕੈਲਰੀਜ਼ ਚੈੱਕ ਕਰ ਲਓ ਤੁਸੀਂ ਗੂਗਲ 'ਤੇ ਕਿ ਇਹਦੇ 'ਚ ਕਿੰਨੀਆਂ, ਇਹਦੇ ਇੱਕ ਚਮਚ ਕਿੰਨੀਆਂ ਕੈਲਰੀਜ਼ ਆ, ਇਹਦੇ 'ਚ ਕਿੰਨੀਆਂ। 500 ਤੋਂ ਉੱਪਰ ਨਹੀਂ ਜਾਣ ਦੇਣਾ, ਜਦੋਂ 500 ਹੋ ਜਾਏ ਉੱਥੇ ਤੁਸੀਂ ਬ੍ਰੇਕ ਲਾ ਦੇਣਾ। ਅਗਲਾ ਆਖਰੀ ਪੰਜਵਾਂ ਪੁਆਇੰਟ ਹੈਗਾ ਐਕਸਰਸਾਈਜ਼, ਮੇਨ ਪੁਆਇੰਟ ਹੀ ਉਹ ਹੈ। ਤੁਸੀਂ ਐਵਰੀ ਡੇ 30 ਮਿੰਟਸ ਐਕਸਰਸਾਈਜ਼ ਕਰਨੀ ਹੈ, ਐਵਰੀ ਡੇ ਸਵੇਰੇ ਜਦੋਂ ਮਰਜ਼ੀ 15-15 ਮਿੰਟ ਕਰਕੇ ਕਰ ਲਓ, 30 ਮਿੰਟ ਇਕੱਠੀ ਕਰ ਲਓ, 30 ਮਿੰਟ ਐਕਸਰਸਾਈਜ਼ ਤੁਸੀਂ ਕਹਿ ਲਓ ਕਿ 5 ਤੋਂ 7 ਘੰਟੇ ਤੁਸੀਂ ਵੀਕ 'ਚ ਐਕਸਰਸਾਈਜ਼ ਲਾ ਲਓ, 5 ਘੰਟੇ 6 ਘੰਟੇ 7 ਘੰਟੇ, ਇਹਨੂੰ ਤੁਸੀਂ ਆਦਤ ਬਣਾ ਲਓ ਕਿ ਮੈਂ ਇੱਕ ਵੀਕ 'ਚ ਕਰਨੀ। ਤੁਸੀਂ ਘੰਟਾ ਰੋਜ਼ ਕਰਕੇ 5 ਦਿਨ ਕਰ ਲਓ, 2 ਦਿਨ ਰੈਸਟ ਕਰ ਲਓ, 6 ਦਿਨ ਕਰ ਲਓ, 1 ਦਿਨ ਰੈਸਟ ਕਰ ਲਓ, ਤੁਸੀਂ 5 ਤੋਂ 7 ਘੰਟੇ ਪੂਰੇ ਵੀਕ 'ਚ ਐਕਸਰਸਾਈਜ਼, ਪਾਣੀ ਆ ਟਾਈਮ ਦੇਖ ਕੇ। ਇਹ ਇੱਕ ਇੰਪੋਰਟੈਂਟ ਪਾਰਟ ਹੈ ਇਹਨਾਂ 5 ਪੁਆਇੰਟਾਂ ਦਾ, ਜਿਹੜੇ ਅਸੀਂ 5 ਪੁਆਇੰਟ ਗਿਣਾਏ, ਇਹ 5 ਪੁਆਇੰਟ ਤੁਸੀਂ ਅਗਰ ਕਰ ਲਓ ਤੇ 3 ਮਹੀਨਿਆਂ 'ਚ 50 ਪਾਉਂਡ ਵਜ਼ਨ ਤੁਹਾਡਾ ਘਟੇਗਾ। ਨਹੀਂ ਗਿਆ ਤੇ ਡਾਕਟਰ ਮੁਰਤਜ਼ਾ ਨੂੰ ਫੋਨ ਕਰਕੇ ਦੱਸੋ ਕਿ ਬਈ ਸਾਡਾ ਨਹੀਂ ਘਟਿਆ, ਫਿਰ ਦਵਾਈ ਵੀ ਹੈਗੀ। ਨਹੀਂ, ਜਿਹੜਾ ਬੰਦਾ ਇਸ ਤਰ੍ਹਾਂ ਕਰੇਗਾ ਉਹਦਾ ਕਿਵੇਂ ਨਹੀਂ ਜਾਏਗਾ। ਚਲੋ, ਇਹ ਪ੍ਰੂਵਨ ਚੀਜ਼ਾਂ। ਕਰੀਏ ਸਮਾਪਤੀ, ਮੈਸੇਜ ਆਉਣ ਦਿਓ। ਆਖਰੀ ਮੈਸੇਜ ਮੇਰਾ ਅੱਜ ਦਾ ਇਹ ਹੈ ਕਿ ਜਿਵੇਂ ਅਸੀਂ ਪਹਿਲਾਂ ਇੱਕ ਵਾਰੀ ਗੱਲ ਕਰ ਰਹੇ ਸੀਗੇ ਕਿ ਸਾਦਾ ਜ਼ਿੰਦਗੀ ਜਿਹੜੀ ਹੈ ਉਹ ਸਭ ਤੋਂ ਅੱਛੀ ਚੀਜ਼ ਆ, ਜਿੰਨਾ ਤੁਸੀਂ ਸਾਦਗੀ ਨਾਲ ਜ਼ਿੰਦਗੀ ਗੁਜ਼ਾਰੋਗੇ, ਜਿੰਨੇ ਤੁਸੀਂ ਸਾਦਾ ਹੋ ਜਾਓਗੇ, ਇਹ ਲੱਛਣ ਜਿਹੜੇ ਆ, ਜਿਹੜੇ ਬਹੁਤ ਸਾਰੇ ਅਸੀਂ ਚੀਜ਼ਾਂ ਕਰਦੇ ਹਾਂ ਲੋਕਾਂ ਨੂੰ ਦਿਖਾਉਣ ਲਈ, ਉਹ ਤੁਸੀਂ ਘੱਟ ਕਰੋਗੇ, ਓਨੇ ਹੀ ਤੁਹਾਡੇ ਇਹ ਬਿਮਾਰੀਆਂ ਦੇ ਆਉਣ ਦੇ ਚਾਂਸਿਸ ਘੱਟ ਹੋ ਜਾਣਗੇ। ਜ਼ਿੰਦਗੀ ਨੂੰ ਸਾਦਾ ਰੱਖੋ ਜਿੰਨਾ ਹੋ ਸਕਦਾ। ਥੈਂਕ ਯੂ ਵੈਰੀ ਮੱਚ, ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ। ਥੈਂਕ ਯੂ, ਠੀਕ ਹੈ। ਸੋ ਇਸ ਪ੍ਰਾਈਮ ਹੈਲਥ ਵਿੱਚ ਇੰਨਾ ਹੀ ਜੀ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।